ਨਾਲ ਫਰੈਂਡ ਸੀ ਉਹਦੇ ਫੈਮਿਲੀ ਉੱਥੇ ਗਈ ਸੀ ਉਹਨਾਂ ਦੀ ਫੈਮਿਲੀ ਵੱਲੋਂ ਫੋਨ ਆਇਆ ਜੀ ਕਿ ਆਹ ਭਾਣਾ ਵਰਤ ਗਿਆ ਜੀ ਬੜਾ ਰੋਲ ਬੁਰਾ ਹਾਲ ਆ ਜੀ ਸਾਰਿਆਂ ਦਾ ਸਾਨੂੰ ਅੱਜ ਪਤਾ ਲੱਗਾ ਕਿ ਉਹਦਾ ਐਕਸੀਡੈਂਟ ਜਿਹੜਾ ਨਾ ਹੋ ਗਿਆ ਅਤੇ ਉਹਦੀ ਡੈਥ ਹੋ ਗਈ ਆ ਸਾਡੇ ਵਿੱਚ ਰਸਮਾਂ ਨੇ ਕਿ ਅਸੀਂ ਆਪਣੇ ਹੱਥੀਂ ਜਿਹੜਾ ਵੀ ਦੁੱਖ ਸੁੱਖ ਹੈ ਉਹਨੂੰ ਅਸੀਂ ਆਪਣੇ ਹੱਥਾਂ ਨਾਲ ਅੱਖਾਂ ਨਾਲ ਦੇਖ ਲਈਏ ਮੇਰੇ ਮਾਮਾ ਜੀ ਦਾ ਬੇਟਾ ਆ ਜੀ ਕਿੱਦਾਂ ਤੁਹਾਨੂੰ ਪਤਾ ਲੱਗਾ ਜੀ ਸਾਨੂੰ ਜੀ 12 ਵਜੇ ਫੋਨ ਆਇਆ ਜੀ ਉਹਨਾਂ ਦੇ ਜਿਹੜਾ ਨਾਲ ਫਰੈਂਡ ਸੀ ਜੀ ਉਹਦੇ ਫੈਮਿਲੀ ਉੱਥੇ ਗਈ ਸੀ ਜੀ ਉਹਨਾਂ ਦੀ ਫੈਮਿਲੀ ਵੱਲੋਂ ਫੋਨ ਆਇਆ ਜੀ ਕਿ ਆਹ ਭਾਣਾ ਵਰਤ ਗਿਆ ਜੀ 12 ਵਜੇ ਦੇ ਕਰੀਬ ਸਾਨੂੰ ਪਤਾ ਲੱਗਾ ਜੀ ਫਿਰ ਅਸੀਂ ਫੋਨ ਕਰਕੇ ਕਨਫਰਮ ਕੀਤੀਆਂ ਉਹ ਚੀਜ਼ਾਂ ਜੀ ਫਿਰ ਉਹਨਾਂ ਨੇ ਦੱਸਿਆ ਕਿ ਹੋਸਪਿਟਲ ਦੇ ਜਾਂਦਿਆਂ ਡਿਕਲੇਅਰ ਕਰਤਾ ਸੀ ਉਹਨਾਂ ਨੇ ਕਿੰਨੇ ਜਣੇ ਸੀ ਇਹ 2 ਜਣੇ ਸੀ ਜੀ 2 ਜਣੇ ਦੇ ਵਿੱਚ ਇਹ ਸੀ ਜੇ ਇੱਕ ਦਾ ਸਾਲਾ ਸੀ ਅਤੇ ਪਿੱਛੇ ਮੁੰਡੇ ਵੱਖਰੇ ਸੀ ਉਹ 4 ਜਣੇ ਵੱਖਰੇ ਸੀ ਉਹ ਦੂਸਰੀ ਗੱਡੀ ਦਾ ਸੀ ਇਹਨਾਂ ਦੀ ਗੱਡੀ 'ਚ 2 ਜਣੇ ਸੀ ਕੀ ਮੰਗ ਕਰਦੇ ਮੰਗ ਸਾਡੀ ਇਹੋ ਹੀ ਆ ਜੀ ਮ੍ਰਿਤਕ ਦੇਹ ਨੂੰ ਇੰਡੀਆ ਪਹੁੰਚਾਇਆ ਜਾਵੇ ਤਾਂ ਜੋ ਇੱਥੇ ਫੈਮਿਲੀ ਸਾਰੇ ਬੜਾ ਰੋ ਰੋ ਬੁਰਾ ਹਾਲ ਆ ਜੀ ਸਾਰਿਆਂ ਦਾ ਅਤੇ ਜਾਂਦੀ ਵਾਰ ਆਖਰੀ ਵਾਰ ਇੱਕ ਵਾਰੀ ਉਹਦੇ ਦਰਸ਼ਨ ਹੋ ਜਾਣ ਸਾਰਿਆਂ ਨੂੰ ਤਾਂ ਜੋ ਥੋੜ੍ਹਾ ਬਹੁਤਾ ਹੌਸਲਾ ਅਤੇ ਜੋ ਕਹਿ ਨਹੀਂ ਸਕਦੇ ਆਪਾਂ ਫਿਰ ਵੀ ਮਾੜਾ ਮੋਟਾ ਜਾਂਦੀ ਵਾਰੀ ਬੰਦਾ ਵੇਖ ਸਕਦਾ ਹੈ ਸਾਨੂੰ ਤਾਂ ਅੱਜ 12 ਵਜੇ ਪਤਾ ਲੱਗਾ ਉਹ ਬੱਚਾ ਕਮਾਈ ਕਰਨ ਵਾਸਤੇ ਬਾਹਰ ਗਿਆ ਸੀ ਕਨੇਡਾ ਵਿੱਚ ਅਤੇ ਉੱਥੇ ਜਾ ਕੇ ਉਹ ਸਾਨੂੰ ਅੱਜ ਪਤਾ ਲੱਗਾ ਕਿ ਉਹਦਾ ਐਕਸੀਡੈਂਟ ਜਿਹੜਾ ਨਾ ਹੋ ਗਿਆ ਅਤੇ ਉਹਦੀ ਡੈਥ ਹੋ ਗਈ ਆ ਅਤੇ ਉਹ ਇਕੱਲਾ ਇਕੱਲਾ ਮਾਂ ਪਿਓ ਦਾ ਬੱਚਾ ਸੀ ਔਰ ਬੜਾ ਨੇਕ ਅਤੇ ਬੜਾ ਵਧੀਆ ਕੰਮ ਕਰਨ ਵਾਲਾ ਸੀ ਆਪਣੀ ਜ਼ਿੰਦਗੀ ਨੂੰ ਸੁਖੀ ਬਣਾਉਣ ਵਾਸਤੇ ਇੱਥੋਂ ਬਾਹਰ ਗਿਆ ਸੀ ਅਤੇ ਉਹਨਾਂ ਦਾ ਉਹ 3.5 ਸਾਲ ਤੋਂ ਬਾਅਦ ਬਾਹਰ ਸੀ ਜੀ ਉਹ ਉੱਧਰ ਦਾ ਪੱਕਾ ਵਸਨੀਕ ਬਣ ਚੁੱਕਾ ਸੀ ਬੜਾ ਲਾਇਕ ਆਦਮੀ ਅਤੇ ਉਹਦੀ ਮੌਤ ਨਾਲ ਸਾਡੇ ਸਾਰੇ ਇਲਾਕੇ ਨੂੰ ਬੜਾ ਦੁੱਖ ਹੋਇਆ ਔਰ ਪਰਿਵਾਰ ਨੂੰ ਭੈਣਾਂ ਭਰਾਵਾਂ ਨੂੰ ਬੱਚਿਆਂ ਨੂੰ ਸਾਰੇ ਪਰਿਵਾਰ ਨੂੰ ਸੱਜਣਾ ਮਿੱਤਰਾਂ ਨੂੰ ਬਹੁਤ ਵੱਡਾ ਇੱਕ ਦੁੱਖ ਹੁੰਦਾ ਅਤੇ ਹੋਇਆ ਮਹਿਸੂਸ ਵੀ ਬਹੁਤ ਜ਼ਿਆਦਾ ਹੋ ਰਿਹਾ ਅਤੇ ਉਸ ਬੰਦੇ ਦੀ ਜਿਹੜੀ ਡੈੱਡ ਬੋਡੀ ਆ ਉਹ ਪੰਜਾਬ ਵਿੱਚ ਪੰਜਾਬ ਸਰਕਾਰ ਨੂੰ ਅਤੇ ਹਿੰਦੁਸਤਾਨ ਦੀ ਸਰਕਾਰ ਨੂੰ ਚਾਹੀਦਾ ਕਿ ਉਹਨੂੰ ਇੱਥੇ ਲਿਆਂਦਾ ਜਾਵੇ ਅਤੇ ਪਰਿਵਾਰ ਦੀ ਜਿਹੜੀ ਮਤਲਬ ਸਾਡੇ ਵਿੱਚ ਰਸਮਾਂ ਨੇ ਕਿ ਅਸੀਂ ਆਪਣੇ ਹੱਥੀਂ ਜਿਹੜਾ ਵੀ ਦੁੱਖ ਸੁੱਖ ਹੈ ਉਹਨੂੰ ਅਸੀਂ ਆਪਣੇ ਹੱਥਾਂ ਨਾਲ ਅੱਖਾਂ ਨਾਲ ਵੇਖ ਲਈਏ ਅਤੇ ਉਹ ਫਿਰ ਸਾਡੇ ਮਨ ਨੂੰ ਕੁਛ ਸ਼ਾਂਤੀ ਹੋ ਜਾਂਦੀ ਹੈ ਇਸ ਵਾਸਤੇ ਉਹਦਾ ਜਿਹੜਾ ਮਾਂ ਬਾਪ ਆ ਉਹ ਬਾਪ ਜਿਹੜਾ ਉਹ ਬਹੁਤ ਦੁਖੀ ਆ ਇਕੱਲਾ ਇਕੱਲਾ ਬੱਚਾ ਪਰਿਵਾਰ ਦੇ ਵਿੱਚ ਸੀ ਅਤੇ ਇਕੱਲੇ ਬੱਚੇ ਦੀ ਮੌਤ ਨਾਲ ਬੜਾ ਉਹਨਾਂ ਨੂੰ ਨਾ ਬਹੁਤ ਵੱਡਾ ਧੱਕਾ ਲੱਗਾ ਔਰ ਬੜਾ ਵੱਡਾ ਦੁੱਖ ਆ ਜਿਹੜਾ ਕਿ ਨਾ ਸਹਿਣ ਵਾਲਾ ਹੈ ਅਤੇ ਅਸੀਂ ਤਾਂ ਫਿਰ ਦੁਬਾਰਾ ਤਕੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਅਤੇ ਸਾਡੀ ਹਿੰਦੁਸਤਾਨ ਦੀ ਸਰਕਾਰ ਜਿਹੜੀ ਉਸ ਬੱਚੇ ਦੀ ਬੋਡੀ ਨੂੰ ਇੱਥੇ ਲਿਆਂਦਾ ਜਾਵੇ ਅਤੇ ਅਸੀਂ ਉਹਦੇ ਦਰਸ਼ਨ ਕਰਕੇ ਅਤੇ ਕੁਝ ਨਾ ਕੁਝ ਸਾਡੇ ਮਨ ਨੂੰ ਥੋੜ੍ਹੀ ਬਹੁਤੀ ਸ਼ਾਂਤੀ ਆਵੇ ਅਤੇ ਇਹੋ ਹੀ ਅਸੀਂ ਮੰਗ ਕਰਦੇ ਹਾਂ ਇਹੋ ਹੀ ਸਾਡੀ ਅਰਦਾਸ ਵਾਲੀ ਗੱਲ ਆ ਕਿ ਇਹਨਾਂ ਨੂੰ ਉਸ ਬੱਚੇ ਨੂੰ ਇੱਥੇ ਪੰਜਾਬ ਵਿੱਚ ਲਿਆਉਣਾ ਚਾਹੀਦਾ ਅਤੇ ਅਸੀਂ ਜਿਹੜਾ ਉਹਦੇ ਬੱਚੇ ਦੇ ਦਰਸ਼ਨ ਕਰਕੇ ਅਤੇ ਉਹਦੇ ਮਾਂ ਪਿਓ ਦਾ ਜਿਹੜਾ ਬਹੁਤ ਬੁਰਾ ਹਾਲ ਆ ਅਤੇ ਉਹਨਾਂ ਨੂੰ ਕੁਛ ਨਾ ਕੁਛ ਜਿਹੜੀ ਉਹ ਧਰਵਾਸ ਹੋਏਗੀ ਉਹਦੇ ਦਰਸ਼ਨ ਕਰਕੇ ਮੈਂ ਤਾਂ ਇਹਨਾਂ ਗੱਲਾਂ ਨਾਲ ਹੀ ਆਪ ਨੂੰ ਅਪੀਲ ਕਰਦਾ ਸਰਕਾਰ ਨੂੰ ਕਿ ਉਹਨੂੰ ਛੇਤੀ ਤੋਂ ਛੇਤੀ ਲਿਆਂਦਾ ਜਾਵੇ।